ਆਸਮਾਨ ਤੇ ਛਾਏ ਹੋਏ ਬੱਦਲ ਕਿਸਾਨਾਂ ਨੂੰ ਡਰਾ ਰਹੇ ਹੈ। ਉੱਥੇ ਹੀ ਦੇਸ਼ ਦੇ ਵਿੱਚ ਮਹਾਮਾਰੀ ਦੇ ਜੋ ਬੱਦਲ ਛਾਏ ਹੋਏ ਹੈ ਉਹ ਹਰ ਇੱਕ ਨਾਗਰਿਕ ਨੂੰ ਡਰਾ ਰਹੇ ਹੈ। ਮੈਂ ਇਸ ਵੀਡੀਓ ਦੇ ਵਿੱਚ ਇੱਕ ਐਪ ਦੀ ਗੱਲ ਕਰਾਂਗਾ ਤੁਹਾਡੇ ਨਾਲ। ਪਹਿਲਾਂ ਇਹਦਾ ਮਹੱਤਵ ਇਹ ਸਮਝ ਲਓ ਕਿ ਜਿੰਨੇ ਦੇਸ਼ਾਂ ਦੇ ਵਿੱਚ ਇਹ ਮਹਾਮਾਰੀ ਫੈਲੀ ਹੈ ਹਰ ਇੱਕ ਦੇਸ਼ ਨੇ ਇੱਕ ਐਪ ਜਾਰੀ ਕੀਤੀ ਹੈ ਅਤੇ ਉਸ ਐਪ ਰਾਹੀਂ ਨਾਗਰਿਕ ਨੂੰ ਪਤਾ ਲੱਗਦਾ ਹੈ ਕਿ ਵੀ ਕੀ ਮੈਨੂੰ ਇਹ ਬਿਮਾਰੀ ਹੋਣ ਦਾ ਕਿੰਨਾ ਕੁ ਖਤਰਾ ਹੈ। ਮੰਨ ਲਓ ਕਿ ਤੁਸੀਂ ਇਹ ਐਪ ਆਪਣੇ ਫੋਨ 'ਚ ਇੰਸਟਾਲ ਕੀਤੀ ਹੈ ਤਾਂ ਤੁਹਾਡੇ ਨੇੜ ਦੀ ਕੋਈ ਵਿਅਕਤੀ ਇਹੋ ਜਿਹਾ ਟੱਪਿਆ ਜਿਹਨੂੰ ਪਤਾ ਲੱਗਦਾ ਕਿ 10 ਦਿਨਾਂ ਬਾਅਦ ਉਹ ਪੋਜ਼ਿਟਿਵ ਹੋ ਗਿਆ ਬਿਮਾਰੀ ਨਾਲ, ਤਾਂ ਇਹ ਐਪ ਤੁਹਾਨੂੰ ਸੂਚਿਤ ਕਰੂਗੀ ਕਿ ਤੂੰ ਉਸ ਆਦਮੀ ਦੇ ਕੰਟੈਕਟ ਦੇ ਵਿੱਚ ਆਇਆ ਜਿਹਨੂੰ ਇਹ ਬਿਮਾਰੀ ਸੀਗੀ, ਤਾਂ ਤੁਸੀਂ ਟਾਈਮ ਰਹਿੰਦਿਆਂ ਆਪਣਾ ਬੰਦੋਬਸਤ ਕਰ ਸਕਦੇ ਹੋ, ਅਗਲੇ ਵਿਅਕਤੀ 'ਚ ਬਿਮਾਰੀ ਨਹੀਂ ਫੈਲਾ ਸਕਦੇ। ਤਾਂ ਇਹ ਐਪ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅਤੇ ਇਹਦਾ ਫਾਇਦਾ ਵੀ ਤਾਂ ਹੋਏਗਾ ਜੇਕਰ ਤੁਸੀਂ ਵੱਧ ਤੋਂ ਵੱਧ ਵਿਅਕਤੀਆਂ ਨੂੰ ਇਹ ਡਾਊਨਲੋਡ ਕਰਵਾਓ। ਇਹ ਭਾਰਤ ਸਰਕਾਰ ਦੀ ਨੈਸ਼ਨਲ ਇਨਫੋਰਮੇਸ਼ਨ ਸੈਂਟਰ ਦੁਆਰਾ ਬਣਾਈ ਗਈ ਐਪ ਹੈ ਅਤੇ ਜੇ ਇਹਦਾ ਸਹੀ ਫਾਇਦਾ ਲੈਣਾ ਹੈ, ਜਿੰਨੇ ਵਿਅਕਤੀਆਂ ਦੇ ਤੁਸੀਂ ਸੰਪਰਕ 'ਚ ਆਉਂਦੇ ਹੋ ਹਰ ਇੱਕ ਦੇ ਮੋਬਾਈਲ ਦੇ ਵਿੱਚ ਇਹ ਡਾਊਨਲੋਡ ਕਰਾ ਦਿਓ। ਇਹ ਤੁਹਾਡਾ GPS ਔਨ ਕਰੇਗੀ ਅਤੇ ਬਲੂਟੁੱਥ ਔਨ ਕਰੇਗੀ ਜਿਹਦੇ ਨਾਲ ਇਹ ਤੁਹਾਡੇ ਆਲੇ ਦੁਆਲੇ ਦੀ ਜਾਣਕਾਰੀ ਇਕੱਠਾ ਕਰੇਗੀ ਅਤੇ ਕੋਈ ਵਿਅਕਤੀ ਵਿਦੇਸ਼ ਤੋਂ ਆਇਆ ਉਹ ਤੁਹਾਡੇ ਨੇੜ ਦੀ ਗੁਜ਼ਰਦਾ ਹੈ ਜਾਂ ਕੋਈ ਇਹੋ ਜਿਹਾ ਵਿਅਕਤੀ ਜਿਹੜਾ ਕਿ ਕਿਸੇ ਪੋਜ਼ਿਟਿਵ ਵਿਅਕਤੀ ਨੂੰ ਮਿਲ ਕੇ ਆਇਆ ਤਾਂ ਇਹ ਤੁਹਾਨੂੰ ਸੂਚਿਤ ਕਰੇਗੀ। ਇਸੇ ਐਪ ਦੇ ਨਾਲ ਚਾਈਨਾ ਜਿੱਤਿਆ, ਇਸੇ ਐਪ ਦੇ ਨਾਲ ਬਾਕੀ ਦੇਸ਼ ਜਿਹੜਾ ਹੈਗਾ ਲੜ ਰਹੇ ਆ, ਮਤਲਬ ਕਿ ਉਹਨਾਂ ਦੀ ਆਪਣੀ ਐਪ ਸੀ, ਆਪਣੀ ਐਪ ਹੈ। ਤਾਂ ਇਹਦੇ ਬਾਰੇ ਮੈਂ ਤੁਹਾਨੂੰ ਗੱਲ ਕਰਦਾ ਇਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਪਲੇ ਸਟੋਰ 'ਤੇ ਜਾਣਾ ਹੈ, ਉੱਥੇ ਜਾ ਕੇ ਲਿਖਣਾ ਹੈ ਅਰੋਗਿਆ AROGYA ਅਰੋਗਿਆ ਸੇਤੂ SETU ਸੇਤੂ APP ਐਪ, ਇਹ ਤੁਸੀਂ ਟਾਈਪ ਕਰ ਦੇਣਾ ਹੈ। ਆਹ ਦੇਖੋ ਇੱਕ ਦਿਲ ਜੀ ਵਾਲੀ ਐਪ ਆ ਗਈ ਹੈ ਜਿਹਦੇ 'ਤੇ ਇਹ ਮੈਂ ਹੁਣ ਕਲਿੱਕ ਕਰ ਰਿਹਾ, ਤਾਂ ਇਸ ਐਪ ਨੂੰ ਅਸੀਂ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਲੈਣਾ, ਮਤਲਬ ਕਿ ਇੰਸਟਾਲ ਕਰ ਲੈਣਾ। ਤਾਂ ਇਹੀ ਐਪ ਹੈ ਜਿਹੜੀ ਤੁਹਾਨੂੰ ਇਸ ਬਿਮਾਰੀ ਦੇ ਖਤਰੇ ਤੋਂ ਬਚਾਊਗੀ ਅਤੇ ਪੂਰਾ ਭਾਰਤ ਜਿੱਤੂਗਾ। ਤਾਂ ਇਹ ਐਪ ਖੁਦ ਵੀ ਕਰੋ ਅਤੇ ਜੋ ਨੇੜੇ ਦੇ ਹੈਗੇ ਆ ਉਹਨਾਂ ਤੋਂ ਵੀ ਕਰਾਓ। ਪ੍ਰਾਈਵੇਟ ਐਪ ਨਹੀਂ ਹੈ, ਸਰਕਾਰੀ ਹੈ। ਹੁਣ ਤੁਸੀਂ ਆਪਦੀ ਭਾਸ਼ਾ ਚੁਣੋ, ਪੰਜਾਬੀ ਭਾਸ਼ਾ ਵੀ ਇਹਦੇ ਵਿੱਚ ਹੈ, ਤਾਂ ਜਿਸ ਤਰ੍ਹਾਂ ਕਿ ਮੈਂ ਪੰਜਾਬੀ ਭਾਸ਼ਾ ਚੁਣ ਲਈ ਹੈ, ਇਹ ਪੰਜਾਬੀ ਭਾਸ਼ਾ ਚੁਣ ਲਈ। ਤਾਂ ਹੁਣ ਇਹਦੇ ਵਿੱਚ ਇਹ ਜੋ ਵੀ ਕੁਛ ਲਿਖਿਆ ਤੁਸੀਂ ਇਹਨੂੰ ਪੜ੍ਹੋਗੇ ਤਾਂ ਤੁਹਾਨੂੰ ਇਹ ਪਤਾ ਚੱਲ ਜਾਏਗਾ। ਇੱਕ ਤਾਂ ਤੁਹਾਡੇ ਤੋਂ ਪਰਮਿਸ਼ਨ ਮੰਗਦਾ ਹੈਗਾ, ਬਾਕੀ ਇਹ ਤੁਹਾਨੂੰ ਇਹ ਦੱਸ ਰਿਹਾ ਕਿ ਜੋ ਵੀ ਕੋਈ ਵਿਅਕਤੀ ਜਿਹੜਾ ਕਿ ਪੋਜ਼ਿਟਿਵ ਹੈਗਾ ਜੇ ਤੁਹਾਡੇ ਨੇੜੇ ਆਉਂਦਾ ਤਾਂ ਇਹ ਐਪ ਤੁਹਾਨੂੰ ਮੈਸੇਜ ਕਰੇਗੀ ਅਤੇ ਇਹ ਐਪ ਜਿਹੜੀ ਹੈਗੀ ਹੈ ਤੁਹਾਨੂੰ ਇੱਕ ਕਲਰ ਵੀ ਦੇਵੇਗੀ, ਹਰਾ, ਪੀਲਾ, ਲਾਲ। ਅਤੇ ਇਹ ਐਪ ਤੁਹਾਨੂੰ ਬਿਮਾਰੀ ਨਾ ਸਮਝਣ ਦੇ ਲਈ ਵੀ ਮਦਦ ਕਰੇਗੀ ਕਿ ਬਿਮਾਰੀ ਦੇ ਲੱਛਣ ਕੀ ਹੈ, ਕਿੱਥੇ ਸੰਪਰਕ ਕਰਨਾ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਜਿਹੜੀਆਂ ਇਹਦੀਆਂ ਸੇਵਾ ਦੀਆਂ ਸ਼ਰਤਾਂ ਇਹੀ ਹੈ ਕਿ ਤੁਹਾਡਾ ਬਲੂਟੁੱਥ ਵਰਤੂਗੀ, ਤੁਹਾਡਾ GPS ਸਿਸਟਮ ਇਹ ਵਰਤੇਗੀ, ਅਤੇ ਨਾਲ ਇਹਨਾਂ ਨੇ ਇਹ ਕਿਹਾ ਕਿ ਤੁਹਾਡਾ ਡਾਟਾ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਕੀਤਾ ਜਾਊਗਾ, ਟੋਟਲ ਜਿਹੜਾ ਹੈਗਾ ਗੋਪਨੀਯਤਾ ਰੱਖੀ ਜਾਊਗੀ। ਤਾਂ ਇਹ ਤੁਸੀਂ ਕਹਿਣਾ ਕਿ ਮੈਂ ਸਹਿਮਤ ਹਾਂ। ਕੁਝ ਫੋਨ ਦੇ ਵਿੱਚ ਇਹਨੂੰ ਸੈਟਿੰਗ ਦੇ ਵਿੱਚ ਜਾ ਕੇ ਸਪੈਸ਼ਲ ਪਰਮਿਸ਼ਨ ਦੀ ਲੋੜ ਪੈਂਦੀ ਹੈ, ਬਹੁਤੇ 'ਚ ਨਹੀਂ ਹੈਗੀ। ਤਾਂ ਤੁਸੀਂ ਇੱਥੇ ਜੇ ਇਹ ਆਉਂਦਾ ਹੈਗਾ ਡੱਬਾ 'ਤੇ ਤਾਂ ਤੁਸੀਂ ਓਕੇ ਨੱਪ ਦੇਣਾ, ਓਕੇ ਨੱਪ ਕੇ ਤਾਂ ਇਸ ਤੋਂ ਬਾਅਦ ਦੇ ਵਿੱਚ ਇਹ ਜੋ ਸਟੋਰੇਜ ਦੇ ਥੱਲੇ ਪਰਮਿਸ਼ਨ ਲਿਖਿਆ, ਪਰਮਿਸ਼ਨ ਓਕੇ ਕਰ ਦਿੱਤੀ ਹੈ, ਤਾਂ ਇਹ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੋ ਗਈ ਹੈ। ਬਲੂਟੁੱਥ ਵਾਸਤੇ ਪਰਮਿਸ਼ਨ ਦੇ ਦਿੱਤੀ ਹੈ, ਮੋਬਾਈਲ ਨੰਬਰ ਆਪਦਾ ਹੁਣ ਤੁਸੀਂ ਇੱਥੇ ਮੋਬਾਈਲ ਨੰਬਰ ਭਰੋਗੇ ਜਿਸ ਤਰ੍ਹਾਂ ਮੈਂ ਆਪਣਾ ਮੋਬਾਈਲ ਨੰਬਰ ਇਹਦੇ ਵਿੱਚ ਭਰ ਦਿੱਤਾ ਹੈ। ਤਾਂ ਮੋਬਾਈਲ ਨੰਬਰ ਭਰਨ ਤੋਂ ਬਾਅਦ 'ਚ ਇੱਕ ਤੁਹਾਡੇ ਫੋਨ 'ਤੇ ਮੈਸੇਜ ਆਏਗਾ, ਉਹ ਨੰਬਰ ਭਰ ਦੇਣਾ ਹੈ। ਇਸ ਤੋਂ ਬਾਅਦ ਦੇ ਵਿੱਚ ਅਸੀਂ ਇਹਦੇ ਵਿੱਚ ਆਪਣੀ ਸਾਰੀ ਦੀ ਸਾਰੀ ਡਿਟੇਲ ਭਰ ਦੇਣੀ ਹੈ। ਤਾਂ ਮੋਬਾਈਲ ਨੰਬਰ ਵੈਰੀਫਾਈ ਹੋਣ ਤੋਂ ਬਾਅਦ 'ਚ ਐਪ ਚੱਲ ਪਈ ਹੈ, ਨਿੱਜੀ ਵੇਰਵੇ, ਤੁਹਾਡਾ ਨਾਮ, ਤੁਹਾਡੀ ਉਮਰ, ਇਹਦੇ ਵਿੱਚ ਆਪਾਂ ਭਰਾਂਗੇ। ਸਭ ਤੋਂ ਪਹਿਲਾਂ ਮੈਂ ਆਪਣਾ ਨਾਮ ਭਰਦਾ, ਨਾਮ ਭਰ ਦਿੱਤਾ ਗਿਆ ਇਹਦੇ ਵਿੱਚ।
ਨਾਮ ਤੋਂ ਬਾਅਦ ਦੇ ਵਿੱਚ ਉਮਰ, ਤੁਸੀਂ ਇੱਥੇ ਆਪਣੀ ਉਮਰ ਭਰੋਗੇ। ਉਮਰ ਤੋਂ ਬਾਅਦ ਦੇ ਵਿੱਚ ਜੋ ਵੀ ਇਹ ਜਾਣਕਾਰੀ ਮੰਗੇਗਾ ਕਿ ਕੀ ਤੁਸੀਂ ਡਾਕਟਰ ਹੋ, ਪੁਲਿਸ ਅਧਿਕਾਰੀ ਹੋ, ਡਿਲੀਵਰੀ ਬੋਆਏ ਹੋ, ਕੈਮਿਸਟ ਹੋ ਜਾਂ ਕੋਈ ਨਹੀਂ, ਜੋ ਵੀ ਹੈ ਉਹ ਤੁਸੀਂ ਇੱਥੇ ਭਰ ਦੇਣਾ। ਇਸ ਤੋਂ ਬਾਅਦ ਦੇ ਵਿੱਚ ਇਹ ਪੁੱਛਦਾ ਕਿ ਤੁਸੀਂ ਕੋਈ ਵਿਦੇਸ਼ ਯਾਤਰਾ ਕੀਤੀ ਹੈ, ਤਾਂ ਤੁਸੀਂ ਉਹ ਭਰ ਦੇਣਾ। ਤਾਂ ਇਹ ਭਰਨ ਤੋਂ ਬਾਅਦ ਦੇ ਵਿੱਚ ਇਹਨੂੰ ਤੁਸੀਂ ਜਮ੍ਹਾਂ ਕਰੋਗੇ। ਜਮ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਇਹ ਤੁਹਾਡੇ ਆ ਗਿਆ ਕਿ ਤੁਸੀਂ ਸੁਰੱਖਿਅਤ ਹੋ। ਇਹ ਤਾਂ ਇਹਨੇ ਮੇਰਾ ਇਸ ਲਈ ਕਹਿ ਦਿੱਤਾ ਕਿ ਮੈਂ ਸੁਰੱਖਿਅਤ ਹਾਂ, ਕਿਉਂਕਿ ਇਹ ਮੈਂ ਕਿਤੇ ਬਾਹਰ ਨਹੀਂ ਗਿਆ। ਲੇਕਿਨ ਇਸ ਤੋਂ ਬਾਅਦ ਦੇ ਵਿੱਚ ਹੁਣ ਕਹਾਣੀ ਚੱਲੇਗੀ ਕਿ ਜਦੋਂ ਵੀ ਅਸੀਂ ਕਿਸੇ ਇਹੋ ਜਿਹੇ ਵਿਅਕਤੀ ਦੇ ਨੇੜੇ ਜਾਵਾਂਗੇ ਜਿਹੜਾ ਵਿਅਕਤੀ ਇਹ ਹੁਣ ਤਾਂ ਠੀਕ ਸੀ, ਲੇਕਿਨ ਅੱਜ ਤੋਂ 10 ਦਿਨਾਂ ਬਾਅਦ ਉਹ ਬੰਦਾ ਪੋਜ਼ਿਟਿਵ ਹੋ ਜਾਂਦਾ ਅਤੇ ਸਾਨੂੰ ਸੂਚਨਾ ਆ ਜਾਏਗੀ। ਇਹ ਜਿਹੜਾ ਹੈਗਾ ਸਵੈ ਮੁਲਾਂਕਣ ਹੈ, ਇਹਦੇ ਵਿੱਚ ਜੋ ਡਿਟੇਲ ਮੰਗਦੇ ਆ ਤੁਸੀਂ ਭਰ ਸਕਦੇ ਹੋ। ਕਿ ਇਹ ਇੱਕ ਬਹੁਤ ਹੀ ਵਧੀਆ ਐਪ ਹੈ। ਮੈਂ ਅੱਜ ਇੱਕ ਵਿਅਕਤੀ ਨੂੰ ਮਿਲਿਆ, ਉਹ ਵਿਅਕਤੀ 10 ਦਿਨ ਬਾਅਦ ਕਰੋਨਾ ਪੋਜ਼ਿਟਿਵ ਹੋ ਗਿਆ, ਤਾਂ ਮੈਨੂੰ ਮੈਸੇਜ ਆ ਜਾਏਗਾ ਕਿ ਜਿਸ ਵਿਅਕਤੀ ਨੂੰ ਤੂੰ ਮਿਲਿਆ ਸੀ ਉਹ ਪੋਜ਼ਿਟਿਵ ਹੋ ਗਿਆ, ਤੂੰ ਕੁਆਰੰਟਾਈਨ ਹੋ ਜਾ। ਮੈਂ ਘੱਟੋ ਘੱਟ ਆਪਣੇ ਜਵਾਕਾਂ ਤੋਂ, ਆਪਣੀ ਫੈਮਿਲੀ ਤੋਂ ਦੂਰ ਆਪਣੇ ਕਮਰੇ 'ਚ ਬੰਦ ਹੋ ਸਕਦਾ ਤਾਂ ਕਿ ਪੂਰੇ ਪਰਿਵਾਰ ਨੂੰ ਇਹ ਬਿਮਾਰੀ ਨਾ ਫੈਲਾਵਾਂ। ਜੇਕਰ ਮੈਂ ਮੇਰੇ ਕੋਲ ਦੀ ਕੋਈ ਇਹੋ ਜਿਹਾ ਵਿਅਕਤੀ ਲੰਘਦਾ ਜਿਹੜਾ ਕਿ ਵਿਦੇਸ਼ ਯਾਤਰਾ ਕੀਤੀ ਹੈ, ਤਾਂ ਮੈਨੂੰ ਉਸੇ ਸਮੇਂ ਪਤਾ ਲੱਗ ਜਾਏਗਾ ਕਿ ਮੇਰੇ ਕੋਲ ਦੀ ਕੋਈ ਇਹੋ ਜਿਹਾ ਵਿਅਕਤੀ ਗੁਜ਼ਰਿਆ ਹੈ। ਪਰੰਤੂ ਜ਼ਰੂਰਤ ਕੀ ਹੈ ਕਿ ਇਹ ਸਾਰਿਆਂ ਦੇ ਮੋਬਾਈਲ ਦੇ ਵਿੱਚ ਇਹ ਐਪ ਇੰਸਟਾਲ ਹੋਣੀ ਚਾਹੀਦੀ ਹੈ। ਇਹਦਾ ਪ੍ਰਚਾਰ ਵੱਧ ਤੋਂ ਵੱਧ ਕਰੋ ਅਤੇ ਹਰ ਇੱਕ ਵਿਅਕਤੀ ਜਿੰਨਿਆਂ ਨੂੰ ਹੋ ਸਕੇ ਵੱਧ ਤੋਂ ਵੱਧ ਇੰਸਟਾਲ ਕਰਾਓ। ਚਾਈਨਾ ਦੇ ਵਿੱਚ ਹਰ ਵਿਅਕਤੀ ਨੇ ਇਹ ਐਪ ਜਿਹੜੀ ਹੈ ਇੰਸਟਾਲ ਕੀਤੀ ਆਪਣੇ ਫੋਨ ਦੇ ਵਿੱਚ, ਤਾਂ ਹੀ ਉਹ ਬਿਮਾਰੀ ਦੇ ਨਾਲ ਲੜ ਸਕੇ ਹੈ। ਇਹ ਮੈਂ ਫਿਰ ਕਹਿ ਦੇਵਾਂ ਕਿ ਇਹ ਐਪ ਭਾਰਤ ਦੀ ਹੈ, ਜਿਹੜੀ ਚਾਈਨਾ ਦੇ ਵਿੱਚ ਸੀਗੀ ਉਹਨਾਂ ਨੇ ਇੱਕ ਆਪਣੀ ਐਪ ਬਣਾਈ ਸੀਗੀ। ਤਾਂ ਹਰ ਇੱਕ ਦੇਸ਼ ਇਸ ਤਰੀਕੇ ਦੀ ਐਪ ਬਣਾ ਰਿਹਾ, ਇਹਨੂੰ ਤੁਸੀਂ ਸਾਰੇ ਜਣੇ ਇੰਸਟਾਲ ਕਰੋ ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਜਾਂ ਧੜਕੂ ਰਹਿੰਦਾ ਨਾ ਦਿਮਾਗ 'ਚ ਕਿ ਮੇਰੇ ਕਿੰਨੇ ਚਾਂਸ ਹੈ ਕਿ ਮੈਨੂੰ ਬਿਮਾਰੀ ਹੋ ਜੂਗੀ, ਕਿਤੇ ਮੈਨੂੰ ਬਿਮਾਰੀ ਨਾ ਹੋ ਜੇ, ਮੈਂ ਬਾਹਰ ਜਾ ਕੇ ਆਇਆ ਸੀਗਾ ਕਿਤੇ ਇਹੋ ਜਿਹੇ ਬੰਦੇ ਨੂੰ ਨਾ ਮਿਲ ਗਿਆ ਹੋਵਾਂ। ਤਾਂ ਉਹ ਧੜਕੂ ਖਤਮ ਹੋ ਜੂਗਾ, ਜਿਹੜਾ ਦਿਮਾਗ 'ਚ ਡਰ ਰਹਿੰਦਾ ਉਹ ਡਰ ਖਤਮ ਹੋ ਜਾਂਦਾ ਹੈ। ਤਾਂ ਇਹ ਇੱਕ ਚੰਗੀ ਚੀਜ਼ ਹੈ ਜੀ, ਵੱਧ ਤੋਂ ਵੱਧ ਪ੍ਰਚਾਰ ਕਰੋ ਸਾਰੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ। ਜੇ ਤੁਸੀਂ ਦੁਕਾਨਦਾਰ ਹੋ, ਜਿਹੜੀ ਦੁਕਾਨ 'ਤੇ ਤੁਹਾਡੀ 'ਤੇ ਆਉਂਦੇ ਆ ਉਹਨੂੰ ਕਹੋ ਕਿ ਜੇ ਐਪ ਇੰਸਟਾਲ ਹੈਗੀ ਤਾਂ ਦੁਕਾਨ 'ਤੇ ਆ, ਨਹੀਂ ਤਾਂ ਨਾ ਆ। ਤਾਂ ਇਸ ਤਰੀਕੇ ਦੇ ਨਾਲ ਹਰ ਇੱਕ ਭਾਰਤ ਵਾਸੀ ਤੱਕ ਇਹ ਐਪ ਪਹੁੰਚ ਜਾਏਗੀ, ਤਾਂ ਅਸੀਂ ਇਹ ਬਿਮਾਰੀ ਤੋਂ ਜਿੱਤ ਜਾਵਾਂਗੇ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।